ਹੈਲੋ एवरीवन ਜੇਲ ਵਾਰਡਰ ਦਾ ਜਿਹੜਾ 9 ਅਕਤੂਬਰ ਤੋਂ 14 ਅਕਤੂਬਰ ਤੱਕ ਫਿਜ਼ੀਕਲ ਟੈਸਟ ਰੱਖਿਆ ਸੀ ਚੰਡੀਗੜ੍ਹ ਹੋ ਰਿਹਾ ਹੈ ਟੈਸਟ ਤੇ ਇਹਦੇ ਬਾਰੇ ਲੈ ਕੇ ਵਿੱਚ ਸਟੂਡੈਂਟ ਨੂੰ ਬਹੁਤ سارے ਡਾਊਟ ਸੀ ਅੱਜ ਆਪਾਂ ਉਹ ਕਲੀਅਰ ਕਰਾਂਗੇ ਕਿਉਂਕਿ 9 ਅਕਤੂਬਰ ਦਾ ਪਹਿਲਾ ਫਿਜ਼ੀਕਲ ਟੈਸਟ ਜਿਹੜਾ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਉਹਦੇ ਵਿੱਚ ਕਿਹੜੀ-ਕਿਹੜੀ ਚੀਜ਼ ਦੱਸੀ ਗਈ ਹੈ ਰੱਸਾ ਚੜ੍ਹਨ ਵੇਲੇ ਉਹਨਾਂ ਕਿਹਾ ਕਿ ਤੁਸੀਂ ਪੈਰਾਂ ਦੀ ਵਰਤੋਂ ਕਰ ਸਕਦੇ ਹੋ ਬਟ ਕਿ ਆਂਗੂਠੇ ਦੇ ਵਿੱਚ ਆਪਰ ਰੱਸਾ ਨਹੀਂ ਦੇ ਸਕਦੇ ਸਿੰਪਲ ਜਿਹੜੇ ਪੈਰ ਆਪਰ ਰੱਸੇ ਨਾਲ ਲਗਾ ਸਕਦੇ ਆ ਰੱਸੇ ਨਾਲ ਬਾਹਾਂ ਵੀ ਲਗਾ ਸਕਦੇ ਆ ਕਈ ਕਹਿੰਦੇ ਨੇ ਨਾ ਕੂਣੀਆਂ ਨਹੀਂ ਵਰਤੋ ਨਹੀਂ ਕਰ ਸਕਦੇ ਨਹੀਂ ਰੱਸੇ ਨਾਲ ਬਾਹਾਂ ਲਗਾ ਕੇ ਉੱਪਰ ਚੜ੍ਹ ਸਕਦੇ ਆ ਇਹਦੇ ਲਈ ਜਿਹੜੇ ਆ ਤਿੰਨ ਚਾਂਸ ਦਿੱਤੇ ਜਾਣਗੇ ਨੈਕਸਟ ਹੈ ਗੋਲਾ ਸੁਟਣਾ ਗੋਲਾ ਸੁਟਣ ਚ ਜਿਹੜੀਆਂ ਗਰਲਸ ਨੂੰ ਜਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਇਸ ਚੀਜ਼ ਦੀ ਤੁਸੀਂ ਪ੍ਰੈਕਟਿਸ ਜਿਆਦਾ ਕਰਕੇ ਜਾਣੀ ਆ ਸੈਕੰਡਲੀ ਐਕ ਕੋਰਸ ਸਟੂਡੈਂਟ ਜਿਹੜੇ ਹੈ ਗਰਲ ਸਟੂਡੈਂਟ ਦੀ ਜਾਈ ਪ੍ਰੋਬਲਮ ਇਹ ਹੈ ਕਿ ਉਹ weight ਹੀ ਪੂਰਾ ਨਹੀਂ ਕਰ ਪਾਰਾ ਹੈ ਤਾਂ ਤੁਸੀਂ ਪਹਿਲਾਂ ਐਡਵਰਟਾਈਜ਼ਮੈਂਟ 'ਚ ਆਪਾਂ ਨੂੰ ਦਿੱਤਾ ਸੀ ਕਿ 50kg ਦਾ weight ਹੋਣਾ ਜ਼ਰੂਰੀ ਹੈ ਜਦੋਂ ਉੱਥੇ ਆਪਣੀ height ਜਾਂ weight ਚੈੱਕ ਕਰਦੇ ਆ ਤਾਂ ਪਹਿਲੀ ਕੰਡੀਸ਼ਨ ਇਹ ਹੈ ਕਿ ਉਹ ਕਲੀਅਰ ਹੋਣੀ ਚਾਹੀਦੀ ਹੈ ਠੀਕ ਹੈ ਤਾਂ weight ਜਿੰਨਾ ਘਟਾ ਹੈ ਬਾਅਦ ਦੇ ਸਟੂਡੈਂਟ ਤਾਂ ਉੱਥੋਂ ਹੀ ਬਾਹਰ ਹੋ ਰਹੇ ਆ ਤੇ ਕੋਰਸ ਸਟੂਡੈਂਟ ਜਿਹੜੇ ਆ ਜਦੋਂ ਹੁਣ ਰਨਿੰਗ ਹੁੰਦੀ ਆ ਤਾਂ ਉਦੋਂ ਵੀ 30 ਦੀ ਰਨਿੰਗ ਹੁੰਦੀ ਹੈ ਤਾਂ 3 ਸਟੂਡੈਂਟ ਜਿਹੜੇ ਆ ਉਹ ਤਿੰਨੋਂ ਚੀਜ਼ਾਂ ਕੁਆਲੀਫਾਈ ਕਰਦੇ ਆ ਇਟ ਮੀਨਸ ਜਿਹੜੀ ਰੋਪ ਕਲਾਈਮਿੰਗ ਹੈ ਜਾਂ ਸ਼ਾਰਟ ਪੁੱਟ ਹੈ ਠੀਕ ਹੈ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਐ 100 ਮੀਟਰ ਰੇਸ ਹੈ ਤਾਂ ਓਨਲੀ 30 ਚੋ 3 ਸਟੂਡੈਂਟ ਜਿਹੜੇ ਆ ਉਹ ਕਰ ਰਹੇ ਆ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਕੱਟ ਆਫ ਹੈ ਫਰਸਟ ਡੇ ਸਿਰਫ ਇਨਿਕ ਸਟੂਡੈਂਟ ਨਿਕਲਦੇ ਆ ਤੇ ਕੱਟ ਆਫ ਜਿਹੜੀ ਹੈ ਇਹਦੀ ਜਨਰਲ ਦੀ ਹੋਰ ਵੀ ਨੀਚੇ ਜਾਏਗੀ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹਨਾਂ 40% ਤੋਂ ਅਬੋਵ ਤੇ 40% ਵਾਲੇ ਸਾਰੇ ਸਟੂਡੈਂਟ ਬਲਾ ਲੈ ਆ ਬਟ ਕੀ ਹੈ ਕਿ ਬੱਚੇ ਜਿਹੜੇ ਫਿਜ਼ੀਕਲ ਜਿਹੜਾ ਸਟੈਂਡਰਡ ਹੈ ਉਹ ਹੀ ਕੁਆਲੀਫਾਈ ਨਹੀਂ ਕਰ ਪਾ ਰਹੇ ਤੇ ਫਿਜ਼ੀਕਲ ਜਿਹੜਾ ਟੈਸਟ ਹੈ ਉਹਦੇ ਵਿੱਚ ਜਿਹੜੀ 100 ਮੀਟਰ ਰੇਸ ਹੈ ਕੁਸ਼ ਬੱਚੇ ਤਾਂ ਬਹੁਤ ਆਸਾਨੀ ਨਾਲ ਕੱਢ ਜਾਂਦੇ ਆ ਬਟ ਬੁਆਇਜ਼ ਨੂੰ ਇਹਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਬਹੁਤੇ ਬੁਆਇਜ਼ ਤਾਂ ਰੇਸ ਤੋਂ ਹੀ ਬਾਹਰ ਹੋ ਜਾਂਦੇ ਆ ਇਹ 9 ਅਕਤੂਬਰ ਦਾ ਜਿਹੜਾ ਟੈਸਟ ਹੋਇਆ ਫਿਜ਼ੀਕਲ ਉਹਨਦੇ ਅਕੋਰਡਿੰਗ ਹੈ ਜਿਹੜਾ ਕੁਝ ਸਟੂਡੈਂਟ ਨੇ ਆਣ ਕੇ ਦੱਸਿਆ ਹੈ ਵੀ ਆਹ ਪ੍ਰੋਬਲਮਸ ਆ ਰਹੀਆਂ ਉਹ ਤੁਹਾਨੂੰ ਦੱਸਿਆ ਤੇ ਜਿਹੜੇ ਨੈਕਸਟ ਸਟੂਡੈਂਟ ਹੈ ਜਿਨ੍ਹਾਂ ਦਾ 14 ਅਕਤੂਬਰ ਤੱਕ ਫਿਜ਼ੀਕਲ ਹੈ ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣਾ ਇੱਕ ਸ਼ਾਰਟ ਪੁੱਟ ਹੈ ਰੋਡ ਜਿਹੜੀ ਰੋਪ ਕਲਾਈਮਿੰਗ ਹੈ ਠੀਕ ਹੈ ਇਹ 12 ਫੀਟ ਦੀ ਹੈ 3 ਚਾਂਸ ਦਿੱਤੇ ਜਾਣਗੇ ਤਾਂ ਇਹ ਚੀਜ਼ ਨੂੰ ਤੁਸੀਂ ਪੂਰੀ ਪ੍ਰੈਕਟਿਸ ਕਰਕੇ ਜਾਣਾ ਆਪਣੇ ਠੀਕ ਹੈ ਥੈਂਕਸ